ਮੇਰਾ ਨਾਮ ਰਾਮ ਸਿੰਘ ਹੈ ਜੀ, ਮੇਰੀ ਉਮਰ 71 ਸਾਲ ਹੈ ਅਤੇ ਮੈਂ ਥਰਡ ਨੈਸ਼ਨਲ ਵੈਟਰਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਗਿਆ ਸੀ ਤਾਮਿਲਨਾਡੂ 'ਚ। ਉੱਥੇ ਮੈਂ ਪੋਲ ਵਾਲਟ ਕੀਤਾ ਸੀ ਜਿਹਦੇ 'ਚੋਂ ਮੈਨੂੰ ਇਹ ਮੈਡਲ ਮਿਲਿਆ। ਅਤੇ ਮੈਂ ਇਹ ਤੋਂ ਪਹਿਲਾਂ 18 ਦੇ ਵਿੱਚ ਜੈਪੁਰ ਵੀ ਗਿਆ ਸੀ, ਉੱਥੋਂ ਮੈਨੂੰ ਮੈਂ ਥਰਡ ਸੀਗਾ, ਮੈਨੂੰ ਉਦੋਂ ਬਰਾਊਨ ਮਿਲਿਆ ਸੀਗਾ ਨੈਸ਼ਨਲ ਦੇ ਵਿੱਚ। ਅਤੇ ਮੈਂ ਮੇਰੇ ਕੋਲ ਅਲਵਰ ਦੇ ਵੀ ਬਹੁਤ ਨੈਸ਼ਨਲ ਦੇ ਸਰਟੀਫਿਕੇਟ ਆ ਨਾਲ ਮੈਡਲ ਆ ਜਿਹੜੇ ਮੈਨੂੰ ਮਿਲੇ ਹੋਏ ਆ। ਹੁਣ ਤੁਸੀਂ ਕਿਹੜਾ ਮੈਡਲ ਜਿੱਤ ਕੇ ਲਿਆਏ ਹੋ? ਹੁਣ ਮੈਂ ਜੀ ਇਹ ਸਿਲਵਰ ਮੈਡਲ ਜਿੱਤ ਕੇ ਆਇਆ ਪੋਲ ਵਾਰਡ ਦੇ ਵਿੱਚ, ਨੈਸ਼ਨਲ ਦੇ ਵਿੱਚ, ਤਾਮਿਲਨਾਡੂ ਦੇ ਵਿੱਚ। ਸ਼ੁਰੂਆਤ ਆਪਣੇ ਜੀਵਨ ਦੀ ਖੇਡਾਂ ਨਾਲ? ਮੈਂ ਹਾਂਜੀ, ਮੈਂ ਇਹ ਜੀ 14 ਦੇ ਵਿੱਚ ਸ਼ੁਰੂ ਕੀਤੀ ਸੀ ਅਤੇ ਅੱਜ ਹੁਣ ਤੱਕ ਕੰਟੀਨਿਊ ਚੱਲਦੀ ਹੈ। ਜਿਹੜੀ ਤੁਹਾਡੀ ਸਿਹਤ ਦਾ ਰਾਜ ਕੀ ਹੈ ਇੰਨੀ ਉਮਰ? ਹਾਂ, ਮੇਰੀ ਸਿਹਤ ਦਾ ਰਾਜ ਜਿਹੜਾ ਜੀ, ਬੰਦੇ ਨੂੰ ਹਰ ਇੱਕ ਨੂੰ ਆਪਣੀ ਡਾਇਟ ਵੱਲ ਧਿਆਨ ਦੇਣਾ ਚਾਹੀਦਾ, ਐਕਸਰਸਾਈਜ਼ ਨਾਲ ਜੁੜਨਾ ਚਾਹੀਦਾ। ਮੇਰਾ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਇਹ ਹੈ ਵੀ ਵੱਧ ਤੋਂ ਵੱਧ ਤੁਸੀਂ ਗਰਾਊਂਡ 'ਚ ਆਓ, ਐਕਸਰਸਾਈਜ਼ ਕਰੋ, ਆਪਦੀ ਸਿਹਤ ਵੱਲ ਖਿਆਲ ਕਰੋ ਅਤੇ ਨਸ਼ੇ ਤੋਂ ਅਸੀਂ ਦੂਰ ਰਹੀਏ ਤਾਂ ਓਨਾ ਹੀ ਚੰਗਾ। ਹੁਣ ਤੱਕ ਤੁਸੀਂ ਕੁੱਲ ਕਿੰਨੇ ਕੁ ਮੈਡਲ ਜਿੱਤੇ ਹੋ? ਮੈਡਲ ਮੇਰੇ ਖਿਆਲ 60-70 ਮੈਡਲ ਹੋਣਗੇ ਜੀ। ਅਲੱਗ ਅਲੱਗ ਗੇਮਾਂ? ਹਾਂਜੀ, ਅਲੱਗ ਅਲੱਗ ਗੇਮਾਂ 60-70 ਮੈਡਲ ਹੋਣਗੇ। ਯਾਦ ਜਵਾਨੀ ਜਿਹੜੀ ਪੜ੍ਹ ਕੇ ਉਹਨਾਂ ਕੁਛ ਦੇ ਦਿਆਂ? ਸੰਦੇਸ਼ ਇਹ ਹੈ ਜੀ ਵੀ ਸਾਨੂੰ ਪੰਜਾਬ ਦੀ ਜਵਾਨੀ ਨੂੰ ਮੇਰਾ ਸੰਦੇਸ਼ ਇਹ ਹੈ ਵੀ ਸਾਡੇ ਨੌਜਵਾਨ ਜਿਹੜੇ ਆ ਬੱਚੇ ਆ ਉਹ ਅੱਗੇ ਆਉਣ ਅਤੇ ਵੱਧ ਤੋਂ ਵੱਧ ਅਸੀਂ ਤਾਂ ਅਸੀਂ ਸਪੋਰਟਸ ਨਾਲ ਜੁੜੀਏ ਅਤੇ ਚੰਗਾ ਅਸੀਂ ਕਰੀਏ, ਸਿਹਤ ਚੰਗੀ ਰਹੇਗੀ ਅਤੇ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ। ਇਹ ਮੇਰਾ ਸੰਦੇਸ਼ ਹੈ। ਮੇਰਾ ਨਾਮ ਰਾਮ ਸਿੰਘ ਹੈ ਜੀ, ਮੇਰੀ ਉਮਰ 71 ਸਾਲ ਹੈ ਅਤੇ ਮੈਂ ਥਰਡ ਨੈਸ਼ਨਲ ਵੈਟਰਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਗਿਆ ਸੀ ਤਾਮਿਲਨਾਡੂ 'ਚ। ਉੱਥੇ ਮੈਂ ਪੋਲ ਵਾਰਡ ਕੀਤਾ ਸੀ ਜਿਹਦੇ 'ਚੋਂ ਮੈਨੂੰ ਇਹ ਮੈਡਲ ਮਿਲਿਆ। ਅਤੇ ਮੈਂ ਇਹ ਤੋਂ ਪਹਿਲਾਂ 18 ਦੇ ਵਿੱਚ ਜੈਪੁਰ ਵੀ ਗਿਆ ਸੀ, ਉੱਥੋਂ ਮੈਨੂੰ ਮੈਂ ਥਰਡ ਸੀਗਾ, ਮੈਨੂੰ ਉਦੋਂ ਬਰਾਊਨ ਮਿਲਿਆ ਸੀਗਾ ਨੈਸ਼ਨਲ ਦੇ ਵਿੱਚ। ਅਤੇ ਮੈਂ ਮੇਰੇ ਕੋਲ ਅਲਵਰ ਦੇ ਵੀ ਬਹੁਤ ਨੈਸ਼ਨਲ ਦੇ ਸਰਟੀਫਿਕੇਟ ਆ ਨਾਲ ਮੈਡਲ ਆ ਜਿਹੜੇ ਮੈਨੂੰ ਮਿਲੇ ਹੋਏ ਆ। ਹੁਣ ਤੁਸੀਂ ਕਿਹੜਾ ਮੈਡਲ ਜਿੱਤ ਕੇ ਲਿਆਏ ਹੋ? ਹੁਣ ਮੈਂ ਜੀ ਇਹ ਸਿਲਵਰ ਮੈਡਲ ਜਿੱਤ ਕੇ ਆਇਆ ਪੋਲ ਵਾਰਡ ਦੇ ਵਿੱਚ, ਨੈਸ਼ਨਲ ਦੇ ਵਿੱਚ, ਤਾਮਿਲਨਾਡੂ ਦੇ ਵਿੱਚ। ਸ਼ੁਰੂਆਤ ਆਪਣੇ ਜੀਵਨ ਦੀ ਖੇਡਾਂ ਨਾਲ? ਮੈਂ ਹਾਂਜੀ, ਮੈਂ ਇਹ ਜੀ 14 ਦੇ ਵਿੱਚ ਸ਼ੁਰੂ ਕੀਤੀ ਸੀ ਅਤੇ ਅੱਜ ਹੁਣ ਤੱਕ ਕੰਟੀਨਿਊ ਚੱਲਦੀ ਹੈ। ਜਿਹੜੀ ਤੁਹਾਡੀ ਸਿਹਤ ਦਾ ਰਾਜ ਕੀ ਹੈ ਇੰਨੀ ਉਮਰ? ਹਾਂ, ਮੇਰੀ ਸਿਹਤ ਦਾ ਰਾਜ ਜਿਹੜਾ ਜੀ, ਬੰਦੇ ਨੂੰ ਹਰ ਇੱਕ ਨੂੰ ਆਪਣੀ ਡਾਇਟ ਵੱਲ ਧਿਆਨ ਦੇਣਾ ਚਾਹੀਦਾ, ਐਕਸਰਸਾਈਜ਼ ਨਾਲ ਜੁੜਨਾ ਚਾਹੀਦਾ। ਮੇਰਾ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਇਹ ਹੈ ਵੀ ਵੱਧ ਤੋਂ ਵੱਧ ਤੁਸੀਂ ਗਰਾਊਂਡ 'ਚ ਆਓ, ਐਕਸਰਸਾਈਜ਼ ਕਰੋ, ਆਪਦੀ ਸਿਹਤ ਵੱਲ ਖਿਆਲ ਕਰੋ ਅਤੇ ਨਸ਼ੇ ਤੋਂ ਅਸੀਂ ਦੂਰ ਰਹੀਏ ਤਾਂ ਓਨਾ ਹੀ ਚੰਗਾ। ਹੁਣ ਤੱਕ ਤੁਸੀਂ ਕੁੱਲ ਕਿੰਨੇ ਕੁ ਮੈਡਲ ਜਿੱਤੇ ਹੋ? ਮੈਡਲ ਮੇਰੇ ਖਿਆਲ 60-70 ਮੈਡਲ ਹੋਣਗੇ ਜੀ। ਅਲੱਗ ਅਲੱਗ ਗੇਮਾਂ? ਹਾਂਜੀ, ਅਲੱਗ ਅਲੱਗ ਗੇਮਾਂ 60-70 ਮੈਡਲ ਹੋਣਗੇ। ਯਾਦ ਜਵਾਨੀ ਜਿਹੜੀ ਪੜ੍ਹ ਕੇ ਉਹਨਾਂ ਕੁਛ ਦੇ ਦਿਆਂ? ਸੰਦੇਸ਼ ਇਹ ਹੈ ਜੀ ਵੀ ਸਾਨੂੰ ਪੰਜਾਬ ਦੀ ਜਵਾਨੀ ਨੂੰ ਮੇਰਾ ਸੰਦੇਸ਼ ਇਹ ਹੈ ਵੀ ਸਾਡੇ ਨੌਜਵਾਨ ਜਿਹੜੇ ਆ ਬੱਚੇ ਆ ਉਹ ਅੱਗੇ ਆਉਣ ਅਤੇ ਵੱਧ ਤੋਂ ਵੱਧ ਅਸੀਂ ਤਾਂ ਅਸੀਂ ਸਪੋਰਟਸ ਨਾਲ ਜੁੜੀਏ ਅਤੇ ਚੰਗਾ ਅਸੀਂ ਕਰੀਏ, ਸਿਹਤ ਚੰਗੀ ਰਹੇਗੀ ਅਤੇ ਸਾਨੂੰ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ। ਇਹ ਮੇਰਾ ਸੰਦੇਸ਼ ਹੈ।